ਜਸਟਿਸ ਸਰਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬੋਲਣ ਦਾ ਸਮਾਂ ਤੁਸੀਂ ਦਿੱਤਾ, ਇਹ ਕੋਈ ਛੋਟਾ ਜਾਂ ਇਹੋ ਜਿਹਾ ਕਮਿਸ਼ਨ ਨਹੀਂ ਕਿ ਜਿਹਦੇ ਬਾਰੇ ਅਸੀਂ ਮਜ਼ਾਕ ਕਰੀਏ ਜਾਂ ਉਹਨੂੰ ਪਾੜ ਕੇ ਬਾਹਰ ਸੁੱਟੀਏ। ਉਹ ਕਮਿਸ਼ਨ ਬਣਾਇਆ ਗਿਆ ਜਿਸ ਕਮਿਸ਼ਨ ਨੇ ਗੁਰੂ ਸਾਹਿਬ ਦੀ ਬੇਅਦਬੀ, ਗੁਰੂ ਸਾਹਿਬ ਦੇ ਉੱਤੇ ਹਮਲੇ, ਗੁਰੂ ਸਾਹਿਬ ਦੇ ਜੋ ਪੰਜਾਬ ਦੇ ਵਿੱਚ ਜੋ ਮਾੜੀ ਘਟਨਾਵਾਂ ਹੋਈਆਂ ਉਸ ਚੀਜ਼ ਨੂੰ ਸਾਹਮਣੇ ਲੋਕਾਂ ਨੂੰ ਲਿਆਉਣ ਲਈ ਕੈਪਟਨ ਸਾਹਿਬ ਨੇ ਕਮਿਸ਼ਨ ਕਾਮਯਾਬ ਕੀਤਾ, ਇਸ ਕਮਿਸ਼ਨ ਨੂੰ ਨਾਮਜ਼ਦ ਕੀਤਾ। ਅੱਜ ਪੰਜਾਬ ਦੇ ਵਿੱਚ ਜਿਹੜੇ ਮੇਰੇ ਭਰਾ ਇੱਥੋਂ ਸਾਹਮਣੇ ਚਲੇ ਗਏ ਨੇ, ਇਹਨਾਂ ਨੇ ਕਿਹਾ ਕਿ ਇਸ ਕਮਿਸ਼ਨ ਨੂੰ ਅਸੀਂ ਮੰਨਦੇ ਨਹੀਂ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਮਿਸ਼ਨ ਕਿਸ ਕਮਿਸ਼ਨ ਨੂੰ ਮੰਨਦੇ ਹੋ? ਰਾਮ ਰਹੀਮ ਦੇ ਕਮਿਸ਼ਨ ਨੂੰ ਮੰਨਦੇ ਹੋ? ਕਿਹੜੇ ਕਮਿਸ਼ਨ ਨੂੰ ਤੁਸੀਂ ਚਾਹੁੰਦੇ ਹੋ? ਜੋਰਾ ਸਿੰਘ ਕਮਿਸ਼ਨ ਨੂੰ ਚਾਹੁੰਦੇ ਹੋ? ਜਿਹੜਾ ਜੋਰਾ ਸਿੰਘ ਕਮਿਸ਼ਨ ਦੀ ਅੱਜ ਤੱਕ ਇੱਥੇ ਰਿਪੋਰਟ ਇਹਨਾਂ ਨੇ ਪੇਸ਼ ਨਹੀਂ ਕੀਤੀ, ਉਹ ਜੋਰਾ ਸਿੰਘ ਕਮਿਸ਼ਨ ਜਿਹੜਾ ਆਪਣੀ ਰਿਪੋਰਟ ਲੈ ਕੇ ਤੁਰਿਆ ਫਿਰਦਾ ਰਿਹਾ, ਉਸ ਟਾਈਮ ਦੇ ਚੀਫ ਸੈਕਟਰੀ ਕੋਲ ਪਹੁੰਚਿਆ, ਉਸ ਟਾਈਮ ਦੇ ਮੁੱਖ ਮੰਤਰੀ ਕੋਲ ਟਾਈਮ ਮੰਗਿਆ, ਤੇ ਕੈਪਟਨ ਸਾਹਿਬ ਬੈਠੇ ਨੇ। ਜਿਸ ਵੇਲੇ ਜਸਟਿਸ ਰਣਜੀਤ ਸਿੰਘ ਨੇ ਟਾਈਮ ਮੰਗਿਆ, ਸਭ ਤੋਂ ਪਹਿਲਾਂ ਇੱਕ ਵਾਰੀ ਨਹੀਂ ਤਿੰਨ ਵਾਰੀ ਟਾਈਮ ਦੇ ਕੇ ਪਾਰਟ ਵਿੱਚ ਜਿਹੜੀ ਸੀ ਉਹ ਰਿਪੋਰਟ ਹਾਸਲ ਕੀਤੀ। ਤੇ ਜਿੱਦਾਂ ਜਿਹੜੇ ਕੋਈ ਬਾਹਰ ਅਨਾਥ ਆਸ਼ਰਮ ਬਣੇ ਹੁੰਦੇ ਆ ਬੱਚਿਆਂ ਦੇ, ਤੇ ਇੱਕ ਅਨਵਾਂਟਡ ਚਾਈਲਡ ਵਾਂਗੂ ਉਹ ਆਪਣੀ ਰਿਪੋਰਟ ਚੀਫ ਸੈਕਟਰੀ ਉਸ ਵੇਲੇ ਦੇ ਸਰਵੇਸ਼ ਕੌਸ਼ਲ ਦੇ ਆਫਿਸ ਦੇ ਬਾਹਰ ਪੰਗੂੜੇ 'ਚ ਰੱਖ ਕੇ ਉਹ ਜੱਜ ਚਲਾ ਗਿਆ ਕਿ ਮੇਰੇ ਅਨਵਾਂਟਡ ਜਿਹੜੀ ਰਿਪੋਰਟ ਆ ਇਹਨੂੰ ਦੇਖ ਲਿਓ, ਇਹ ਤੁਸੀਂ ਇਹ ਜਿਹੜਾ ਇਹਨਾਂ ਨੇ ਕੀਤਾ। ਅਤੇ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਕਹਿਣੀ ਚਾਹੁੰਦਾ ਕਿ ਕਮਿਸ਼ਨ ਨੂੰ ਉਸ ਦੇ ਸਾਰੇ ਮੈਂਬਰਾਂ ਨੂੰ ਬੜੀ ਸੰਜੀਦਗੀ ਨਾਲ ਸੀਰੀਅਸਲੀ ਲੈਣਾ ਚਾਹੀਦਾ। ਇਹ ਕਿਸੇ ਦੀ ਬਹਿਸ ਕਿਸੇ ਦੇ ਇਹਦੇ ਉੱਤੇ ਕਿਸੇ ਕਿੰਤੂ ਪਰੰਤੂ ਇਹ ਕਰਨ ਦੀ ਸਾਨੂੰ ਲੋੜ ਨਹੀਂ, ਕਿਉਂਕਿ ਜਿਹੜਾ ਬੰਦਾ ਇਸ ਕਮਿਸ਼ਨ ਦੇ ਉੱਤੇ ਕਿੰਤੂ ਪਰੰਤੂ ਕਰਦਾ ਮੈਂ ਕਹਾਂਗਾ ਤਾਂ ਉਹ ਸਿੱਧੇ ਰੂਪ 'ਚ ਗੁਰੂ ਸਾਹਿਬ ਦੀ ਬੇਅਦਬੀ ਵਿੱਚ ਆਪ ਸ਼ਾਮਿਲ ਹੈ। ਉਹ ਸਿੱਧੇ ਰੂਪ 'ਚ ਉਹਨਾਂ ਜਿਹੜੇ ਕਾਤਲਾਂ ਨੂੰ ਇਹ ਬਚਾਉਣਾ ਚਾਹੁੰਦੇ ਨੇ, ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਜਿੰਨੇ ਬੈਠੇ ਹਾਂ, ਅਤੇ ਅੱਜ ਪੰਜਾਬ ਦੀ ਹਿੰਦੁਸਤਾਨ ਦੇ ਹਰ ਸਿੱਖ ਹਰ ਪੰਜਾਬੀ ਦੇ ਮਨ 'ਚ ਇਹ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ। ਅੱਜ ਅਸੈਂਬਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੀ ਫੈਸਲਾ ਲਏਗਾ ਕਿ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਹੈ। ਅੱਜ ਲੋਕ ਵੇਖ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ, ਜਿਨ੍ਹਾਂ ਨੇ ਗੁਰੂ ਦੇ ਅੰਗ ਗਲੀਆਂ 'ਚ ਰੋਲੇ, ਇਹ ਜਿਹੜੇ ਗੁਰੂ ਦੇ ਅੰਗ ਆਪਾਂ ਪੱਤਰੇ ਨਹੀਂ ਕਹਿੰਦੇ, ਆਪਾਂ ਗੁਰੂ ਨੂੰ ਆਪਣੇ ਨੂੰ ਸਾਕਸ਼ਾਤ ਗੁਰੂ ਕਹਿੰਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਗੁਰੂ ਮਾਨਿਓ ਗ੍ਰੰਥ ਕਹਿ ਕੇ ਗਏ ਸੀ, ਹਾਈ ਸੁਪਰੀਮ ਕੋਰਟ ਨੇ ਸਾਡਾ ਲਿਵਿੰਗ ਗੁਰੂ ਕਹਿ ਦਿੱਤਾ, ਅਤੇ ਉਹ ਸਾਡੇ ਗੁਰੂ ਦੇ ਅੰਗ ਅੱਜ ਗਲੀਆਂ 'ਚ ਰੋਲੇ, ਅਤੇ ਕਿਹਦੇ ਟਾਈਮ 'ਚ ਰੋਲੇ? ਆਹ ਜਿਹੜੇ ਇੱਥੇ ਬੈਠੇ ਨੇ ਜਿਹੜੇ ਚਲੇ ਗਏ ਨੇ, ਇਹਨਾਂ ਦੇ ਹੋਮ ਮਿਨਿਸਟਰ ਸਾਹਿਬ ਜਿਹੜੇ ਉਸ ਟਾਈਮ ਦੇ ਸੀ, ਅਤੇ ਉਹਨਾਂ ਦੇ ਪਿਤਾ ਜੀ ਦੇ ਟਾਈਮ 'ਚ ਰੋਲੇ, ਪੰਥ ਦੇ ਕੌਮ ਦੇ ਪੰਜਾਬੀਆਂ ਦੇ ਗੱਦਾਰ ਜੇ ਮੈਂ ਕਹੂੰਗਾ, ਅਤੇ ਉਹ ਹੈਗੇ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਮੁੰਡਾ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਪੰਥ ਨੂੰ ਰੋਲਿਆ ਅਤੇ ਗੁਰੂ ਨੂੰ ਰੋਲਿਆ। ਦੂਸਰੀ ਚੀਜ਼ ਜਿਹੜੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਜਿਹੜੀਆਂ ਇਹਨਾਂ ਦੇ ਟਾਈਮ 'ਚ ਹੋਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਅੰਗਾਂ 30 ਜਿਹੜੇ ਗੁਰੂ ਗ੍ਰੰਥ ਸਾਹਿਬ ਦੀ 30 ਵਾਰੀ ਉਹਦੀ ਬੇਅਦਬੀ ਹੋਈ। ਗੁਰਦੁਆਰਾ ਸਾਹਿਬ ਦੇ ਵਿੱਚ 8 ਵਾਰੀ, ਗੁਟਕਾ ਸਾਹਿਬ ਦੀ 56 ਵਾਰੀ, ਹਿੰਦੂ ਗ੍ਰੰਥ 22, ਮੁਸਲਿਮ ਗ੍ਰੰਥ 5, ਅਤੇ ਜਿਹੜੇ ਕ੍ਰਿਸਚਨ ਬਾਈਬਲ ਸਾਹਿਬ ਉਹ 1 ਵਾਰੀ
ਟੋਟਲ ਇਹਨਾਂ ਦੇ ਟਾਈਮ 'ਚ 122 ਵਾਰ ਵਿਰਦੀਆਂ ਹੋਈਆਂ। ਇਹਨਾਂ ਉਹਨਾਂ ਦੇ ਜਿਹੜੀਆਂ ਦੋਵੇਂ ਬਾਹਾਂ ਬੰਨ ਦਿੱਤੀਆਂ, ਉਹ ਕੈਪਟਨ ਸਾਹਿਬ ਨੇ ਖੁੱਟ ਕੇ ਕਿਹਾ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਸਾਹਮਣੇ ਲੈ ਕੇ ਆਓ। ਉਹਦੇ ਵਿੱਚ FIR ਨੰਬਰ 262/5/2007 ਨੂੰ ਪੁਲਿਸ ਸਟੇਸ਼ਨ ਕਤਵਾਲੀ ਬਠਿੰਡਾ, ਧਾਰਾ 295A, 298, 153 IPS ਜਿਹੜੀ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਬਣਦਿਆਂ 2007 ਵਿੱਚ ਕੱਟੀ ਸੀ, ਅਤੇ ਇਸ ਕੇਸ ਵਿੱਚ ਮੁੱਖ ਦੋਸ਼ੀ 1300 ਮੁੱਖ ਇੱਕੋ ਹੀ ਆਦਮੀ ਸੀ ਜਿਹੜਾ ਮੁਲਜ਼ਮ ਸੀਗਾ। ਉਹਨੇ ਇਹਦੇ ਵਿੱਚ ਉਹਨੇ ਇਹ ਕੀਤਾ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾ ਕੇ ਉੱਥੇ ਉਹਨੇ ਅੰਮ੍ਰਿਤ ਉਸੇ ਤਰ੍ਹਾਂ ਇੰਛਾ ਕੀ ਸੀ ਉਹ ਉਹਨੇ ਛਕਾਇਆ, ਅਤੇ ਉਹਦੇ ਬਾਅਦ ਕਿਹਾ ਕਿ ਇਹ ਮੇਰੇ ਸਾਡੇ 5 ਪਿਆਰੇ, ਉਹਨੇ 51 ਪਿਆਰੇ ਕਿ ਕਿੰਨੇ ਬਣਾ ਦਿੱਤੇ। ਅਤੇ ਉਹਦੇ ਵਿੱਚ ਜਿਹੜੇ ਵਸਤਰ ਪਾਏ, ਸਾਰੀਆਂ ਫੋਟੋਆਂ ਉਸ ਟਾਈਮ 'ਤੇ ਆਈਆਂ, ਅਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, FIR ਮੇਰੇ ਕੋਲ ਆ, ਉਹਦੇ 'ਚ ਸਾਰਾ ਕੁਝ ਕਰਕੇ ਉਹਦੇ 'ਚ ਉਹਨਾਂ ਨੇ ਜਿਹੜੀ FIR ਸੀਗੀ ਉਹ ਕੈਂਸਲੇਸ਼ਨ ਕਰ ਲਈ, ਰਿਪੋਰਟ ਭੇਜ ਦਿੱਤੀ 2012 ਦੇ ਵਿੱਚ। ਵੋਟਾਂ ਦੀ ਖਾਤਰ 5 ਦਿਨ ਪਹਿਲਾਂ ਇਲੈਕਸ਼ਨ ਤੋਂ ਉਹ ਇਹਨਾਂ ਨੇ ਵੋਟਾਂ ਦੀ ਖਾਤਰ ਕੈਂਸਲੇਸ਼ਨ ਭੇਜ ਦਿੱਤੀ, ਅਤੇ ਜਿਸ ਆਦਮੀ ਜਿਹੜਾ ਕੰਪਲੇਨੈਂਟ ਸੀ ਉਹ ਖੜਾ ਹੋ ਗਿਆ, ਕਹਿੰਦਾ ਮੈਂ ਆਪਣੀ ਕੈਂਸਲੇਸ਼ਨ ਨਹੀਂ ਵਾਪਸ ਹੋਣ। ਇਹ ਆਦਮੀ ਕਹਿੰਦੇ ਨੇ ਕਿ ਅਸੀਂ ਪੰਥ ਵਾਲੇ ਹਾਂ, ਇਹ ਗੱਲਾਂ ਕਰਦੇ ਨੇ ਜਿਹੜੇ ਕਹਿੰਦੇ ਅਸੀਂ ਪੰਥ ਦੇ ਰਾਖੇ ਹਾਂ। ਇਹ ਪੰਥ ਦੇ ਰਾਖੇ ਨਹੀਂ, ਇਹਨਾਂ ਨੇ ਪੰਥ ਨੂੰ ਖਾਧਾ, ਇਹਨਾਂ ਪੰਥ ਵੇਚਿਆ। ਇਹ ਗੋਲਕ ਚੋਰ ਨੇ, ਇਹ ਗੁਰੂ ਦੇ ਦੋਖੀ ਨੇ, ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਹੋਰ ਮਿਲਣੀ ਚਾਹੀਦੀ। ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਰਾਮ ਰਹੀਮ ਨੇ ਉਸ ਗੁਰੂ ਦੇ ਉਹਦਾ ਦੀ ਪੋਸ਼ਾਕ ਪਾਈ, ਕਲਗੀ ਲਾਈ, ਅਤੇ ਅੱਜ ਉਹੋ ਹੀ ਰਾਮ ਰਹੀਮ ਜੇਲ੍ਹ ਦੇ ਵਿੱਚ ਕਿਹੜੇ ਕੱਪੜੇ ਪਾ ਕੇ ਬੈਠਾ, ਗੁਰੂ ਨੇ ਥੋੜ੍ਹੇ ਦਿਨਾਂ 'ਚ ਉਹਨੂੰ ਸਜ਼ਾ ਦੇ ਕੇ ਉਹ ਜੇਲ੍ਹ 'ਚ ਵਾੜ ਦਿੱਤਾ। ਉਸੇ ਰਾਮ ਰਹੀਮ ਨੇ ਜਿਹਨੇ ਕਿਹਾ ਕਿ ਮੇਰੀ ਸਲਤਨਤ ਇੰਨੀ ਵੱਡੀ ਆ, ਮੇਰੇ ਉਹਨੇ ਅੰਗ ਅੰਗ ਖਿਲਾਰੇ ਸਾਡੇ ਗੁਰੂ ਦੇ, ਅਤੇ ਅੱਜ ਉਹਦਾ ਸਾਮਰਾਜ ਅੰਗ ਅੰਗ ਖਿਲਰਿਆ ਫਿਰਦਾ, ਉਹਦਾ ਕਦੇ ਲੱਭਦਾ ਕੋਈ ਨਹੀਂ, ਉਹਦੇ ਡੇਰੇ ਦੇ ਬਾਹਰ ਮੱਥਾ ਟੇਕਣ ਵਾਲਾ ਕੋਈ ਹੈ ਨਹੀਂ। ਅਤੇ ਜਿਸ ਉਸ ਸਮੇਂ ਦੇ ਮੁੱਖ ਮੰਤਰੀ ਡਿਪਟੀ CM ਉਸ ਟਾਈਮ ਦੇ ਨੇ, ਹੋਮ ਮਿਨਿਸਟਰ ਨੇ, ਪਿਓ ਪੁੱਤ ਨੇ ਜਿਹਨਾਂ ਨੇ ਉਸ ਵੇਲੇ ਉਸ ਦਾ ਸਾਥ ਦਿੱਤਾ, ਅੱਜ ਉਹ 13 ਆਦਮੀ ਉਹ ਸਾਹਮਣੇ ਬੈਠੇ ਆ। ਇਹੋ ਜਿਹੇ ਲੋਕਾਂ ਨੂੰ ਲੋਕ ਤੇ ਉਹਨਾਂ ਨੂੰ ਕਰ ਦੇਣਗੇ ਪੈਸੇ ਦੇ ਜ਼ੋਰ ਤੇ, ਇਹ ਆਪਣੇ ਆਪ ਨੂੰ ਤੇ ਵਿਚਾਲੇਗਾ ਪੈਸੇ ਦੇ ਜ਼ੋਰ ਤੇ, ਵੋਟਾਂ ਦੇ ਖਰੀਦ ਲਏਗਾ। ਪਰ ਉਹ ਜਿਹੜੀ ਉਤਰੀ ਅਦਾਲਤ ਆ ਉੱਥੇ ਵੀ ਗੁਰੂ ਗੋਬਿੰਦ ਸਿੰਘ ਬੈਠੇ ਨੇ ਕੜਾਏ ਲੈ ਕੇ ਇਹਨਾਂ ਮਸੰਦਾਂ ਦੇ ਲਈ, ਜਦੋਂ ਉਹਨਾਂ ਪਹੁੰਚਣਾ ਮਸੰਦ ਉਹਨਾਂ ਕੜਾਹਿਆਂ 'ਚ ਸੁੱਟਣੇ ਨੇ, ਉਹਨਾਂ ਕੜਾਹੇ 'ਚ ਸਾੜਨਗੇ। ਇਹਨਾਂ ਨੇ ਹੁਣੇ ਕੀਤੀ ਆ ਗੱਲ, ਜਦੋਂ ਸਾਰਾ ਪਰਿਵਾਰ ਵਾਰ ਦਿੱਤਾ, ਅਤੇ ਇਸ ਬਾਬੇ ਬੋਰਡ ਨੇ ਸਾਰੇ ਆਪਣੇ ਪਰਿਵਾਰ ਤੋਂ ਸਾਰਾ ਪੰਥ ਵਾਰ ਦਿੱਤਾ, ਖਤਮ ਕਰ ਦਿੱਤਾ ਸਭ ਕੁਝ, ਪੰਜਾਬ ਨੂੰ ਖਤਮ ਕਰ ਦਿੱਤਾ। ਇੱਥੇ ਮੈਨੂੰ ਕਹਿਣ ਦੀ ਮੈਂ ਕਹਾਂਗਾ, ਮੇਰੇ ਬਜ਼ੁਰਗ ਇਹਨਾਂ ਦੇ ਨਾਲ ਕਈ ਸਾਲ MLA ਰਹੇ, ਅਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਬਜ਼ੁਰਗਾਂ ਦੀ ਤੇ ਜ਼ਮੀਨਾਂ ਥੱਲੇ ਨੂੰ ਚਲੀ ਗਈਆਂ ਸਾਡੀਆਂ ਜਾਇਦਾਦਾਂ, ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਡਾਲਰ ਬਣਾਉਣ ਵਾਲੀ ਜ਼ਮੀਨ ਖਰੀਦੀ ਆ ਜਿਹਦੇ 'ਚ ਸੋਨੇ ਦੇ ਬਿਸਕੁਟ ਉੱਗਦੇ ਨੇ, ਇਹਦੀ ਤੇ 80 ਕਿੱਲਿਆਂ ਤੋਂ 80,000 ਏਕੜ ਬਣ ਗਈ, ਤੇ ਸਾਡੀ 40 ਕਿੱਲਿਆਂ ਤੋਂ 20 ਕਿੱਲੇ ਬਣ ਗਈ, ਇਹਦਾ ਵੀ ਤਾਂ ਫੈਸਲਾ ਕਰ ਲਈਏ। ਲੁੱਟ ਕੇ ਖਾ ਗਿਆ ਪੰਜਾਬ, ਤੇ ਕਹਿੰਦਾ ਮੈਂ ਜੀ ਫਖਰੀ ਕੌਮ ਹੈ। ਠੀਕ ਆ,
ਕਦੀ ਕਿਸੇ ਨੂੰ ਧਮਕੀਆਂ ਦਿਉਂਦੇ ਨੇ, ਉਹ ਤੈਨੂੰ ਅਕਾਲ ਤਖ਼ਤ ਤੇ ਸੱਤ ਲਾਂਗੇ। ਸੁਖਜਿੰਦਰ ਸਿੰਘ ਰੰਧਾਵਾ ਅਕਾਲ ਤਖ਼ਤ ਤੇ ਜਾਏਗਾ, ਉੱਥੇ ਦੱਸੇਗਾ ਕਿ ਮੇਰੀ ਜ਼ਬਾਨ ਕੋਈ ਇਹੋ ਜਿਹਾ ਤਨਖਾਹ ਜਿਹਾ ਜਥੇਦਾਰ ਸੁਖਜਿੰਦਰ ਸਿੰਘ ਰੰਧਾਵੇ ਦੀ ਜ਼ਬਾਨ ਨਹੀਂ ਬੰਦ ਕਰੇਗਾ। ਮੈਂ ਆਪਣੇ ਬਜ਼ੁਰਗ ਸ਼ਹੀਦ ਲਕਸ਼ਮਣ ਸਿੰਘ ਵਾਂਗੂ ਜੇ ਮੈਨੂੰ ਸ਼ਹਾਦਤ ਵੀ ਦੇਣੀ ਪਈ ਆਪਣੀ ਕੌਮ ਲਈ, ਮੈਂ ਆਪਣੀ ਸ਼ਹਾਦਤ ਵੀ ਦਊਂਗਾ। ਮੈਂ ਬਿਲਕੁਲ ਨਹੀਂ ਝੁਕਾਂਗਾ ਇਹਨਾਂ ਦੇ ਅੱਗੇ। ਇਹ ਕਿਹੜੀ ਕਿਹੜੀ ਸਿੱਖੀ ਦੀ ਗੱਲ ਕਰਦੇ ਨੇ। ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਮੈਂ ਸਿੱਖ ਮੰਨਦਾ ਹੀ ਨਹੀਂ, ਜਿਹੜਾ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਵਾਂਗਾ। ਇਹ ਮੂਸੇ ਪਿੰਡ ਤੋਂ ਦੌੜੇ ਨੇ ਜੀ, ਇਹਨਾਂ ਦੀ ਪੰਗੀ ਮਿਸਲ ਹੁੰਦੀ ਸੀ ਉਹ ਪੰਜ ਵਾਰ 'ਚ, ਅਤੇ ਜਿਹੜੀ ਪੰਗੀ ਮਿਸਲ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲੜਾਈ ਲੜੀ ਅਤੇ ਉੱਥੋਂ ਤੋਪ ਵੀ ਖੋ ਕੇ ਮਹਾਰਾਜਾ ਰਣਜੀਤ ਸਿੰਘ ਲੈ ਗਿਆ। ਅਤੇ ਇਹ ਮੂਸੇ ਪਿੰਡ ਵਾਲੇ ਉੱਥੋਂ ਰਾਤ ਦੌੜ ਕੇ ਨਿਕਲ ਆਏ ਸੀ। ਹਿਸਟਰੀ ਪੜ੍ਹ ਲਿਓ, ਮੈਂ ਨਹੀਂ ਕਹਿ ਰਿਹਾ, ਹਿਸਟਰੀ ਪੜ੍ਹ ਲਿਓ। ਅਤੇ ਰਾਤ ਨਿਕਲ ਆਈ, ਸਤਲੁਜ ਦਾ ਦਰਿਆ ਟੱਪ ਗਏ। ਸਤਲੁਜ ਦੇ ਦਰਿਆ ਤੱਕ ਇਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਉਹਦੇ ਅੱਗੇ ਬਦਲ ਜਾਂਦਾ ਸੀ। ਅਤੇ ਉੱਥੋਂ ਦੌੜ ਕੇ ਸਿੱਧੇ ਦੋਦੇ ਪਿੰਡ ਆਏ ਅਤੇ ਦੋਦੇ ਤੋਂ ਕਾਲ ਚਲਾਣੀ ਆਏ ਅਤੇ ਉਹਦੇ ਬਾਅਦ ਇਹ ਬਾਦਲ ਪਿੰਡ 'ਚ ਆਏ। ਇਹ ਸਿੱਖ ਰਾਜ ਦੇ ਭਗੌੜੇ ਨੇ, ਭਗੌੜੇ। ਇਹ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਦਲਾ ਲੈਣਾ ਚਾਹੁੰਦੇ ਨੇ, ਇਹ ਸਿੱਖਾਂ ਕੋਲੋਂ ਬਦਲਾ ਲੈਣਾ ਚਾਹੁੰਦੇ ਆ ਕਿ ਤੁਸੀਂ ਸਾਡੀ ਦੌੜ ਲਵਾਈ ਸੀ, ਅਸੀਂ ਤੁਹਾਨੂੰ ਫਿਰ ਉਸੇ ਤਰ੍ਹਾਂ ਹੀ ਮੁਗਲਾਂ ਦੇ ਜਿਵੇਂ ਜ਼ੁਲਮ ਟਾਏ ਨੇ ਉੱਦਾਂ ਫਿਰ ਕਰਕੇ ਜਾਵਾਂਗੇ। ਬੜੀ ਮੈਂ ਇੱਕ ਹੋਰ ਕਿ ਬੜੀ ਸ਼ਰਮਨਾਕ ਗੱਲ ਆ ਕਿ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕਿਆ ਹੋਵੇ ਅਤੇ ਪ੍ਰਕਾਸ਼ ਸਿੰਘ ਬਾਦਲ ਪੁਲਿਸ ਦੇ ਅਗੇਂਸਟ, ਉਸ ਟਾਈਮ ਦਾ ਸੁਖਵੀਰ ਬਾਦਲ ਹੋਮ ਮਿਨਿਸਟਰ ਕਹਿੰਦਾ ਜੀ ਅਣਪਛਾਤੇ ਬੰਦਿਆਂ ਪੁਲਿਸ ਦੇ ਪਰਚਾ ਦੇ ਤਾ, ਕਦੀ ਪੁਲਿਸ ਵੀ ਅਣਪਛਾਤੀ ਹੋਈ ਆ? ਜਿਹੜੇ ਉਹਨਾਂ ਕਾਂਗਰਸੀਆਂ ਨੂੰ ਅਤੇ ਆਪ ਵਾਲਿਆਂ ਨੂੰ ਪੁੱਛੋ ਕਿ ਜਿਹੜੇ ਪੁਲਿਸ ਵਾਲੇ ਡਾਂਗਾ ਫੇਰਦੇ ਰਹੇ ਉਹ ਅਣਪਛਾਤੇ, ਤੁਹਾਨੂੰ ਅੱਜ ਵੀ ਰਾਤ ਨੂੰ ਯਾਦ ਆਉਂਦੇ ਕਿ ਨਹੀਂ ਉਹਨੇ ਕੁੱਟਿਆ ਸੀ? ਅਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜੀ ਅਣਪਛਾਤੇ ਨੇ, ਅਣਪਛਾਤੇ ਤਾਂ ਆਪੇ ਹੀ ਨੇ ਕਿਉਂਕਿ ਕਰਵਾਇਆ ਹੀ ਸਭ ਕੁਝ ਆਪ ਆ, ਟੈਲੀਫੋਨ ਆਪ ਕੀਤੇ। ਅਤੇ ਜਦੋਂ ਜਿਹੜੀ ਰਿਪੋਰਟ ਦੀ ਆਈ, ਇੱਕ ਮੀਟਰ ਦੀ ਦੂਰੀ ਤੋਂ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਦੇ ਪੋਸਟਮਾਰਟਮ ਦੀ ਰਿਪੋਰਟ ਇਹ ਕਹਿੰਦੀ ਆ ਕਿ ਬੈਠਿਆਂ ਦੇ ਇਵੇਂ ਗੋਲੀ ਵੱਜੀ ਹੈ ਥੱਲੇ ਨੂੰ, ਇੱਕ ਦੀ ਮੂੰਹ 'ਤੇ ਵੱਜੀ ਆ, ਇੱਕ ਦੇ ਟਿਕ 'ਚ ਗੋਲੀ ਮਾਰੀ ਆ। ਵਾਹ ਪ੍ਰਕਾਸ਼ ਸਿੰਘ ਬਾਦਲਾ, ਤੂੰ ਤਾਂ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਆ। ਜੇ ਅਸਲ 'ਚ ਕੋਈ ਚੱਕਰੀਆ ਖਾਵਾਂ ਸੂਬੇ ਦਾ ਸਰਹੰਦ ਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦਾ ਮੁੰਡਾ ਨੇ ਦੋਵੇਂ। ਅੱਜ ਜੇ ਦੌੜ ਗਏ ਨੇ, ਇਹਨਾਂ ਨੂੰ ਦੌੜਨਾ ਨਹੀਂ ਸੀ ਚਾਹੀਦਾ, ਇਹਨਾਂ ਨੂੰ ਅੱਜ ਸੁਣਨਾ ਚਾਹੀਦਾ ਸੱਚਾਈ ਨਹੀਂ ਫੇਸ ਕਰ ਸਕੇ ਕਿਉਂਕਿ ਗੁਰੂ ਦੇ ਪਗੌੜੇ ਨੇ, ਇਹ ਗੁਰੂ ਦੀ ਬੇਅਦਬੀ ਕਰਨ ਵਾਲੇ ਦੁਸ਼ਟ ਨੇ, ਇਹ ਮਸੰਦ ਨੇ, ਇਹ ਮਹੰਤ ਨਰਾਇਣ ਨੂੰ ਅੱਜ ਦੇ ਇਹ ਨੇ। ਅਤੇ ਜੇ ਕਿਤੇ ਅੱਜ ਗੁਰੂ ਨੇ ਅਵਤਾਰ ਲੈ ਤੇ ਇਹਨਾਂ ਨਰਾਇਣ ਨੂੰ ਪਹਿਲਾਂ ਨੱਥ ਪਾਈ, ਆ ਜਿਹੜਾ ਜਕਰੀਆ ਖਾਵਾਂ ਉਹਦਾ ਸਾਲਾ, ਉਹਦਾ ਨਾਮ ਆ ਵਿਕਰਮ, ਕਹਿੰਦਾ ਜੀ ਇਹ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਚਾਹੁੰਦਾ। ਉਹਨੇ ਬਿਲਕੁਲ ਸੱਚ ਬੋਲਿਆ ਜੀ, ਮੇਰੇ ਪਿੰਡ ਤੋਂ ਜਥਾ ਚੱਲਿਆ ਸੀ ਅਤੇ ਹੁਣ ਵੀ ਧਾਰੋਵਾਲੀ ਤੋਂ ਜਥਾ ਚੱਲੇਗਾ, ਅਤੇ ਜਿਵੇਂ ਸਰਦਾਰ ਲਕਸ਼ਮਣ ਸਿੰਘ ਸ਼ਹੀਦ ਹੋ ਕੇ ਆਇਆ ਸੀ, ਮੈਂ ਇਹਨਾਂ ਦੀ ਜਵਾਨੀਆਂ ਦੀਆਂ ਗੋਲੀਆਂ ਖਾਣ ਲਈ ਵੀ ਗੁਰਦੁਆਰੇ ਆਜ਼ਾਦ ਕਰਾਉਣ ਮੈਂ ਆਪਣੇ ਆਪ ਨੂੰ ਪੇਸ਼ ਕਰੂੰ। ਕਹਿੰਦੇ ਜੀ ਕਿ ਸਿੱਖ ਜਿਹੜੇ ਸੀ ਉੱਥੇ ਬੜੇ ਵਾਇਲੈਂਟ ਹੋ ਗਏ ਸੀ,
ਇਹੀ ਰਿਪੋਰਟ ਕਹਿੰਦੀਆਂ, ਇਹੀ ਕਹਿੰਦੀਆਂ ਕਿ ਉੱਥੇ ਸਿੱਖਾਂ ਨੇ ਜਾ ਕੇ ਗੜਬੜ ਕੀਤੀ। ਤੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ।